ਚਪੜਾਸੀ ਦੀ ਧੀ ਅੱਜ ਆਈ ਐਸ ਅਫਸਰ ਬਣੀ ਹੈ ਪੰਜਾਬ ਦੇ ਮੋਰਿੰਡਾ ਦੀ ਰਹਿਣ ਵਾਲੀ ਇਹ ਸੰਦੀਪ ਕੌਰ ਦੀ ਕਹਾਣੀ ਹੈ ਜਿਸ ਦੀ ਹਰ ਪੰਜਾਬ ਦੇ ਘਰਾਂ ਦੇ ਵਿੱਚ ਚਰਚਾ ਹੋ ਰਹੀ ਹੈ ਇਹ ਧੀ ਜਿਹੜੀ ਹੈ ਜਿਸ ਦੇ ਪਿਤਾ ਚਪੜਾਸੀ ਦਾ ਕੰਮ ਕਰਦੇ ਸੀ ਤੇ ਧੀ ਦੀ ਇੱਛਾ ਪੂਰੀ ਕਰਨ ਦੇ ਲਈ ਪਿਤਾ ਨੇ ਆਪਣੀ ਜ਼ਮੀਨ ਗਹਿਣੇ ਰੱਖ ਦਿੱਤੀ ਤੇ ਧੀ ਨੇ ਵੀ ਉਸ ਕਰਜ਼ ਨੂੰ ਵਖੂਪੀ ਉਤਾਰਿਆ ਤੇ ਅੱਜ ਆਈਐਸ ਅਫਸਰ ਬਣੀ ਹੈ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਦੀਪ ਕੌਰ ਦੀ ਸੰਦੀਪ ਕੌਰ ਜਿਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੀ ਪੜਾਈ ਕੀਤੀ ਹੈ ਪਰ ਉਸ ਤੋਂ ਬਾਅਦ ਉਸਨੇ ਸੋਚਿਆ ਕਿ ਕਿਉਂ ਨਾ ਆਈਐਸ ਦੀ ਤਿਆਰੀ ਕੀਤੀ ਜਾਵੇ ਯਾਨੀ ਕਿ ਯੂਪੀਐਸਸੀ ਦਾ ਟੈਸਟ ਪਾਇਆ ਜਾਵੇ ਇਹ 30 ਜਿਹੜੀ ਕੀ ਕਹਿੰਦੀ ਹੈ ਕਿ ਮੇਰੇ ਪਿਤਾ ਜਿਹੜੇ ਚਪੜਾਸੀ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਕੋਲ ਥੋੜੀ ਬਹੁਤ ਜ਼ਮੀਨ ਸੀ ਪਰ ਮੇਰਾ ਸੁਪਨਾ ਸੀ ਕਿ ਮੈਂ ਯੂਪੀਐਸਸੀ ਨੂੰ ਕਲੀਅਰ ਕਰਾਂ ਤੇ ਆਈਐਸ ਬਣਾ ਤੇ ਮੇਰੇ ਪਿਤਾ ਦਾ ਇਸ ਮਾਣਸ਼ ਦੇ ਵਿੱਚ ਸਤਕਾਰ ਹੋਵੇ ਇਸ ਤੀਨੇ ਬਖੂਬੀ ਜੜੀ ਹੈ ਮਿਹਨਤ ਕੀਤੀ ਡਟ ਕੇ ਮਿਹਨਤ ਕੀਤੀ 2 ਸਾਲ ਤੱਕ ਮਿਹਨਤ ਕੀਤੀ ਹਾਲਾਂਕਿ ਕਿਸਮਤ ਨੇ ਦੋ ਬਾਰ ਹਾਰ ਦੂਈ ਦਿਖਾਈ ਪਰ ਫਿਰ ਵੀ ਲੜਕੀ ਦਾ ਜਜ਼ਬਾ ਇਸ ਕਦਰ ਸੀ ਕਿ ਉਸਨੇ ਹਾਰ ਨਹੀਂ ਮੰਨੀ ਤੇ ਦੋ ਸਾਲ ਡਟ ਕੇ ਮਿਹਨਤ ਕੀਤੀ ਤੇ ਤੀਸਰੀ ਵਾਰ ਆਈਐਸ ਅਫਸਰ ਬਣੀ ਇਹ ਲੜਕੀ ਜੜੀ ਹੈ ਉਹ ਮਰੀਂਦਾ ਦੀ ਰੈਨ ਵਾਲੀਏ ਜਿਸ ਦੇ ਪਿਤਾ ਮਾਲ ਵਿਭਾਗ ਦੇ ਵਿੱਚ ਚਪੜਾਸੀ ਦੇ ਬਤੌਰ ਕੰਮ ਕਰਦੇ ਨੇ ਉੱਥੇ ਹੀ ਉਸ ਦੀ ਧੀ ਜਿਹੜੀ ਹੈ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੰਜੀਨੀਅਰਿੰਗ ਦੀ ਪੜਾਈ ਕਰਦੀ ਹੈ ਹਨ ਹਾਰਟ ਸੀ ਤੇ ਪਿਤਾ ਦੇ ਅੱਗੇ ਸ਼ਰਤ ਰੱਖਦੀ ਹੈ ਕਿ ਬਾਪੂ ਮੇਰਾ ਵਿਆਹ ਨਾ ਕਰਿਓ ਤੇ ਮੈਂ ਅੱਗੇ ਹੋਰ ਪੜ੍ਹਨਾ ਚਾਹੁੰਦੀ ਐ ਮੈਂ ਚਾਹੁੰਦੀ ਆ ਕਿ ਤੁਸੀਂ ਚਪੜਾਸੀ ਦੀ ਨੌਕਰੀ ਨਹੀਂ ਸਹੋ ਲੋਕ ਤੁਹਾਨੂੰ ਇਹ ਕਹਿਣ ਕਿ ਤੁਸੀਂ ਆਈਐਸ ਅਫਸਰ ਦੇ ਪਿਤਾ ਹੋ ਤੇ ਮੈਂ ਚਾਹੁੰਦੀ ਆ ਜਦੋਂ ਵੀ ਤੁਸੀਂ ਤੁਰੋ ਸਮਾਜ ਦੇ ਵਿੱਚ ਤੇ ਲੋਕ ਤੁਹਾਨੂੰ ਸਲੂਟ ਮਾਰਨ ਤੇ ਕਹਿਣ ਕਿ ਤੁਸੀਂ ਆਈਐਸ ਅਫਸਰ ਦੀ ਪਿਤਾ ਹੋ ਤੇ ਇਸੇ ਤਰੀਕੇ ਦੇ ਨਾਲ ਸੰਦੀਪ ਨੇ ਕੀਤਾ ਵੀ ਸੰਦੀਪ ਜਿਹੜੀ ਕਿ ਵਧੀਆ ਟਾਪਰ ਵੀ ਰਹੀ ਆਪਣੇ ਸਕੂਲ ਦੇ ਸਮੇਂ ਦੇ ਵਿੱਚ ਤੇ ਇੰਜੀਨੀਅਰਿੰਗ ਖਤਮ ਕਰਨ ਤੋਂ ਬਾਅਦ ਉਸ ਦੇ ਵੱਲੋਂ ਯੂਪੀਐਸਸੀ ਦੀ ਤਿਆਰੀ ਕੀਤੀ ਗਈ ਤੇ 2010 ਦੇ ਵਿੱਚ ਉਸ ਨੇ ਯੂਪੀਐਸਸੀ ਦੀ ਪ੍ਰੀਖਿਆ ਨੂੰ ਪਾਸ ਵੀ ਕੀਤਾ ਤੇ 138ਵੇਂ ਨੰਬਰ ਤੇ ਆ ਕੇ ਉਸ ਦੀ ਯੂਪੀਐਸਸੀ ਨੂੰ ਕਲੀਅਰ ਕੀਤਾ ਤੇ ਪੰਜਾਬ ਦਾ ਨਾਮ ਵੀ ਵਧਾਇਆ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਸੰਦੀਪ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਘਰ ਤੋਂ ਆਉਂਦੀ ਹੈ ਤੇ ਇਸ ਕਰਕੇ ਉਸਦੇ ਪਿਤਾ ਮਰਿੰਡਾ ਦੇ ਜਿਹੜੇ ਵਿਭਾਗ ਦੇ ਵਿੱਚ ਚਪੜਾਸੀ ਦੀ ਨੌਕਰੀ ਕਰਦੇ ਨੇ ਸੰਦੀਪ ਕੌਰ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਉਹ ਇੱਕ ਉਡਾਨ ਟੀਵੀ ਸੀਰੀਅਲ ਦੇਖਦੀ ਸੀ ਇਸ ਟੀਵੀ ਸੀਰੀਅਲ ਦੇਖਣ ਤੋਂ ਬਾਅਦ ਹੀ ਉਸ ਨੂੰ ਪ੍ਰੇਰਣਾ ਮਿਲਦੀ ਹੈ ਕਿ ਕਿਉਂ ਨਾ ਇੱਕ ਯੂਪੀਐਸਸੀ ਦੀ ਤਿਆਰੀ ਕੀਤੀ ਜਾਵੇ ਕਿਉਂ ਨਾ ਪਿਤਾ ਨੂੰ ਅਫਸਰ شاہੀ ਵਾਲਾ ਰਾਜ ਦਿਖਾਇਆ ਜਾਵੇ ਬਸ ਉਸ ਸੀਰੀਅਲ ਨੇ ਜ਼ਿੰਦਗੀ ਬਦਲ ਦਿੱਤੀ ਤੇ ਯੂਪੀਐਸਸੀ ਕਲੀਅਰ ਕਰਨ ਦੇ ਲਈ ਮੋਟੀਵੇਸ਼ਨ ਮਿਲੀ ਤੇ ਬਸ ਪਿੱਛੇ ਕਦੀ ਮੁੜ ਕੇ ਨਹੀਂ ਦੇਖਿਆ ਤੇ ਅੱਗੇ ਵਧਦੀ ਗਈ ਤੇ ਇੱਕ ਸਮਾਂ ਇਹ ਵੀ ਆਇਆ ਕਿ ਉਮੀਦ ਇਹ ਹੋਣ ਲੱਗ ਪਈ ਕਿ ਹੁਣ ਮੇਰੇ ਤੋਂ ਕਲੀਅਰ ਨਹੀਂ ਹੋ ਸਕਦੀ ਯੂਪੀਐਸਸੀ ਮੈਂ ਕੁਝ ਜ਼ਿੰਦਗੀ ਦੇ ਵਿੱਚ ਨਹੀਂ ਬਣ ਸਕਦੀ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਡਟ ਕੇ ਜੜੀ ਹੈ ਮਿਹਨਤ ਕੀਤੀ ਤੇ ਅੱਜ ਸੰਦੀਪ ਕੌਰ ਜਿਹੜੀ ਮਰੀਨਾ ਦੀ ਰਹਿਣ ਵਾਲੀ ਹੈ ਆਈਐਸ ਅਫਸਰ ਹੈ ਤੇ ਅੱਜ ਉਸਦੇ ਪਿਤਾ ਸ਼ਾਨ ਦੇ ਨਾਲ ਛਾਤੀ ਚੋੜੀ ਕਰਕੇ ਜਦੋਂ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਲੋਕ ਇਹ ਕਹਿੰਦੇ ਨੇ ਕਿ ਆਈਐਸਟੀ ਦੇ ਪਿਤਾਏ ਜਾਂਦੇ ਨੇ ਤੇ ਲੋਕ ਵੀ ਉਹਨਾਂ ਨੂੰ ਸਲੂਟ ਮਾਰਦੇ ਨੇ ਪੰਜਾਬ ਦੇ ਪਿੰਡਾਂ ਦੀਆਂ ਧੀਆਂ ਛੜੀਆਂ ਨੇ ਅਜਿਹੀਆਂ ਨੇ ਕਿ ਜਿਹੜੀਆਂ ਕੁਝ ਵੀ ਕਰ ਸਕਦੀਆਂ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕਰਨਾ ਹੋਵੇ ਚਾਹੇ ਗਰੀਬੀ ਤੋਂ ਉੱਠ ਕੇ ਵੱਡੇ ਮੁਕਾਮ ਤੱਕ ਪਹੁੰਚਣਾ ਹੋਵੇ ਪੰਜਾਬ ਹੀ ਕਾ ਜਿਹੜਾ ਸੂਬਾ ਹੈ ਜਿਸ ਦੀ ਚਾਹੇ ਧਰਤੀ ਬਹੁਤ ਜ਼ਿਆਦਾ ਖੁਸ਼ਹਾਲ ਹੋਵੇ ਪਰ ਉੱਥੇ ਦੇ ਬੱਚੇ ਵੀ ਬਹੁਤ ਜ਼ਿਆਦਾ ਜਿਹੜਾ ਹੈ ਸੂਬੇ ਦਾ ਮਾਨ ਸਤਿਕਾਰ ਵਧਾਉਂਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਨੇ ਜੋ ਪੜਨ ਦੇ ਚਾਹਵਨ ਹੈ ਪਰ ਕਈ ਵਾਰ ਅਜਿਹੇ ਹਾਲਾਤ ਮਨਜ਼ਰ ਨਹੀਂ ਨੇ ਕਈ ਵਾਰ ਮਾਪਿਆਂ ਦੇ ਕੋਲ ਪੈਸਾ ਨਹੀਂ ਹੁੰਦਾ ਹੋਰ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਪਰ ਸੰਦੀਪ ਦੇ ਕੋਲ ਵੀ ਉਹ ਮੌਕਾ ਸੀ ਜਦੋਂ ਉਹ ਬਹਾਨੇ ਬਣਾ ਸਕਦੀ ਸੀ ਕਿ ਉਸਦੇ ਪਿਤਾ ਤਾਂ ਚਪੜਾਸੀ ਦੀ ਨੌਕਰੀ ਕਰਦੇ ਨੇ ਸ਼ਾਇਦ ਉਸਦੇ ਪਿਤਾ ਇੱਕ ਵਧੀਆ ਘਰ ਦਾ ਮੁੰਡਾ ਲੱਭ ਕੇ ਉਸ ਦਾ ਵਿਆਹ ਵੀ ਕਰ ਸਕਦੇ ਸੀ ਕਿਉਂਕਿ ਪੜ੍ਹੇ ਲਿਖੀ ਤਾਂ ਉਸ ਸੀਗੀ ਪਰ ਉਸ ਨੇ ਚੁਣਿਆ ਕਿ ਕਿਉਂ ਨਾ ਸਮਾਜ ਦੇ ਵਿੱਚ ਆਪਣੇ ਪਿਤਾ ਦਾ ਕਦਮ ਹੋਰ ਵਧਾਇਆ ਜਾਵੇ ਤੇ ਇੱਕ ਵਧੀਆ ਜਿਹੜਾ ਹੈ ਉਹਨਾਂ ਨੂੰ ਸਨਮਾਨ ਦਿਵਾਇਆ ਜਾਵੇ ਤੇ ਇੱਕ ਕਹਾਣੀ ਹੈ ਸੰਦੀਪ ਕੌਰ ਦੀ ਜਿਨ੍ਹਾਂ ਨੇ 2010 ਦੇ ਵਿੱਚ ਯੂਪੀਐਸਸੀ ਨੂੰ ਪਾਸ ਕੀਤਾ ਤੇ ਆਈਐਸ ਅਫਸਰ ਬਣੀ ਹੈ ਸੰਦੀਪ ਕੌਰ ਵਰਗੀਆਂ ਬਹੁਤ ਸਾਰੀਆਂ ਪੰਜਾਬਣੀਆਂ ਅਜਹਹੀਆਂ ਧੀਆਂ ਨੇ ਜਿਹੜੀਆਂ ਕਿ ਇਨਾ ਗਰੀਬ ਘਰਾਂ ਤੋਂ ਨਿਕਲ ਕੇ ਅੱਜ ਵੱਡੇ ਮੁਕਾਮਾਂ ਤੇ ਪਹੁੰਚੀਆਂ ਨੇ ਤੇ ਨਾਲ ਹੀ ਦੀਪ ਦੀ ਕਹਾਣੀ ਉਹਨਾ ਪੰਜਾਬ ਦੀਆਂ ਨਾਲ ਹੀ ਦੇਸ਼ ਦੀਆਂ ਹਜ਼ਾਰਾਂ ਲੜਕੀਆਂ ਨੂੰ ਵੀ ਪ੍ਰੇਰਣਾ ਦਿੰਦੀ ਹੈ ਜਿਹੜੀਆਂ ਕੁੜੀਆਂ ਮਿਹਨਤ ਕਰਨਾ ਚਾਹੁੰਦੀਆਂ ਨੇ ਤੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੀਆਂ ਨੇ ਅੱਜ ਵੀ ਪੰਜਾਬ ਦੇ ਵਿੱਚ ਨਾਲ ਹੀ ਦੇਸ਼ ਦੇ ਵਿੱਚ ਬਹੁਤ ਹਜ਼ਾਰਾਂ ਦੀ ਤਦਦ ਦੇ ਵਿੱਚ ਕੁੜੀਆਂ ਨੇ ਜਿਹੜੀਆਂ ਬਾਹਰ ਨਹੀਂ ਨਿਕਲ ਪਾਉਂਦੀਆਂ ਨੇ ਬਸ ਹਿੰਮਤ ਚਾਹੀਦੀ ਹੈ ਕੁਝ ਕਰਨ ਦਾ ਜਜ਼ਬਾ ਚਾਹੀਦਾ ਹੈ ਤੇ ਨਾਲ ਹੀ ਇੱਕ ਉਮੀਦ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ ਲੋਕਾਂ ਤੋਂ ਨਹੀਂ ਕਿ ਤੁਸੀਂ ਇਹ ਕਰ ਸਕਦੇ ਹੋ ਯੂਪੀਐਸਸੀ ਦਾ ਰਾਹ ਔਖਾ ਜ਼ਰੂਰ ਹੈ ਪਰ ਜੇਕਰ ਤੁਸੀਂ ਮਨ ਦੇ ਵਿੱਚ ਸੋਚ ਲਓ ਤਾਂ ਕੁਝ ਵੀ ਸੰਭਵ ਨਹੀਂ ਹੈ ਕੋਣ ਕਹਿੰਦਾ ਸੀ ਕਿ ਪੰਚ ਭਾਰਤ ਦੀ ਧੀ ਜਿਹੜੀ ਕਲਪਨਾ ਚਾਵਲਾ ਹੈ ਉਹ ਚੰਦ ਤੇ ਨਹੀਂ ਜਾ ਸਕਦੀ ਤਾਂ ਅਜਈਆਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਕੀ ਕੋਈ ਚੰਦ ਤੇ ਗਈਆਂ ਨੇ ਕੋਈ ਆਈਐਸ ਅਫਸਰ ਬਣੀਆਂ ਨੇ ਤੇ ਕਦੇ ਕੋਈ ਕੁੜੀ ਜਿਹੜੀ ਹੈ ਪੁਲਿਸ ਦੇ ਵਿੱਚ ਵੀ ਗਈ ਹੈ ਤਾਂ ਕਮੈਂਟ ਦੇ ਜ਼ਰੀਏ ਤੁਸੀਂ ਵੀ ਸੰਦੀਪ ਕੌਰ ਦੀ ਕਹਾਣੀ ਤੇ ਉਹ ਤੁਹਾਨੂੰ ਕੀ ਮੋਟੀਵੇਸ਼ਨ ਮਿਲੀ ਹੈ ਉਹ ਦੇ ਸਕਦੇ ਹੋ ਹੋਰ ਤਾਜ਼ਾ ਆਪਣੀ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ